ਦੋ ਦੋਸਤਾਂ ਦੇ ਵੱਲੋਂ ਆਪਣੇ ਹੀ ਜਿਗਰੀ ਯਾਰ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੈਨੇਡਾ ਤੋਂ ਇਹ ਨੌਜਵਾਨ ਵਾਪਿਸ ਆਇਆ ਸੀ ਕਈ ਸਾਲਾਂ ਬਾਅਦ। ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਬੜੇ ਹੀ ਚਾਵਾਂ ਦੇ ਨਾਲ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਇਹ ਨੌਜਵਾਨ ਲੱਗਿਆ ਹੋਇਆ ਸੀ। ਪਰ ਬੀਤੇ ਦਿਨਾਂ ਕਿਹਾ ਜਾ ਰਿਹਾ ਕਿ ਉਸਨੂੰ ਇੱਕ ਦੋਸਤ ਦਾ ਫੋਨ ਆਉਂਦਾ, ਕਿਹਾ ਜਾਂਦਾ ਕਿ ਉਸਦਾ ਜਨਮ ਦਿਨ ਹੈ। ਜਦੋਂ ਇਹ ਜਨਮ ਦਿਨ ਦੇ ਉੱਤੇ ਜਾਂਦਾ ਹੈ ਤਾਂ ਉਸ ਤੋਂ ਤੁਰੰਤ ਬਾਅਦ ਇਸ ਨੌਜਵਾਨ ਦਾ ਫੋਨ ਬੰਦ ਆਉਣ ਲੱਗਦਾ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਜਦੋਂ ਉਹ ਨਹੀਂ ਮਿਲਦਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਵਜੋਂ ਇਸ ਨੌਜਵਾਨ ਦੀ ਪਹਿਚਾਣ ਹੋਈ ਹੈ, ਜਿਸ ਦਾ ਕਿ ਕਤਲ ਉਸਦੇ ਹੀ ਦੋ ਜਿਗਰੀ ਦੋਸਤਾਂ ਦੇ ਵੱਲੋਂ ਕਰ ਦਿੱਤਾ ਗਿਆ। ਤਾਂ ਯਾਰ ਵੀ ਹੁਣ ਯਾਰ ਕਹਾਉਣ ਦੇ ਲਾਇਕ ਨਹੀਂ ਰਹੇ ਨੇ। ਯਾਰੀ ਦੇ ਨਾਂ ਦੇ ਉੱਤੇ ਵੱਡਾ ਕਲੰਕ ਜੋ ਹੈ ਇਹਨਾਂ ਦੋਸਤਾਂ ਦੇ ਵੱਲੋਂ ਲਗਾਇਆ ਗਿਆ। ਕੈਨੇਡਾ ਤੋਂ ਇਹ ਮੁੰਡਾ ਆਇਆ ਸੀ ਅਤੇ ਇਸਦੀ ਭੈਣ ਦਾ ਘਰ ਦੇ ਵਿੱਚ ਵਿਆਹ ਸੀ। ਬੜੇ ਹੀ ਚਾਵਾਂ ਦੇ ਨਾਲ ਇਹ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਸੀ, ਪਰ ਬੀਤੇ ਦਿਨਾਂ ਜਦੋਂ ਆਪਣੇ ਦੋਸਤ ਦੇ ਜਨਮ ਦਿਨ 'ਤੇ ਜਾਂਦਾ ਤਾਂ ਉਸ ਤੋਂ ਤੁਰੰਤ ਬਾਅਦ ਇਸਦਾ ਫੋਨ ਜੋ ਹੈ ਉਹ ਸਵਿੱਚ ਆਫ ਹੋ ਜਾਂਦਾ। ਅਤੇ ਜਦੋਂ ਪੁਲਿਸ ਨੂੰ ਪਰਿਵਾਰ ਦੇ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਝਾੜੀਆਂ ਦੇ ਵਿੱਚੋਂ ਉਸਦੀ ਲਾਸ਼ ਮਿਲਦੀ ਹੈ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਇੱਕ ਲਾਸ਼ ਨੂੰ ਝਾੜੀਆਂ ਦੇ ਵਿੱਚ ਸੁੱਟਦੇ ਨਜ਼ਰ ਆ ਰਹੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਲਾਸ਼ ਨੂੰ ਚੱਕਿਆ ਜਾਂਦਾ ਤਾਂ ਲਾਸ਼ ਵੀ ਖੁਰਦ ਬੁਰਦ ਕੀਤੀ ਹੋਈ ਸੀ। ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ, ਜਿੱਥੇ ਕਿ ਯਾਰਾਂ ਨੇ ਹੀ ਯਾਰਾਂ ਦੇ ਨਾਂ ਨੂੰ ਕਲੰਕ ਲਗਾਇਆ ਕਿ ਇੱਕ ਮੁੰਡਾ ਜੋ ਕਿ ਕੈਨੇਡਾ ਤੋਂ ਆਪਣਾ ਚੰਗਾ ਭਵਿੱਖ ਬਣਾ ਕੇ ਪੰਜਾਬ ਦੇ ਵਿੱਚ ਆਇਆ ਸੀ, ਘਰ ਦੇ ਵਿੱਚ ਉਸਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ, ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਤੇ ਹੁਣ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਹੀ ਤਬਦੀਲ ਹੋਈਆਂ ਨੇ। ਤਾਂ ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਵਜੋਂ ਇਸ ਨੌਜਵਾਨ ਦੀ ਪਹਿਚਾਣ ਹੋਈ ਹੈ, ਜਿਸਦਾ ਕਿ ਕਤਲ ਉਸਦੇ ਹੀ ਦੋ ਦੋਸਤਾਂ ਦੇ ਵੱਲੋਂ ਕਰ ਦਿੱਤਾ ਗਿਆ। ਹਾਲਾਂਕਿ ਕਤਲ ਹੀ ਨਹੀਂ, ਉਸਦੀ ਲਾਸ਼ ਨੂੰ ਖੁਰਦਬੁਰਦ ਕੀਤਾ ਗਿਆ ਅਤੇ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ। ਅਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਝਾੜੀਆਂ ਦੇ ਵਿੱਚੋਂ ਉਸਦੀ ਲਾਸ਼ ਮਿਲੀ ਅਤੇ ਨਾਲ ਹੀ ਲੱਗੇ CCTV ਕੈਮਰੇ ਦੇ ਵਿੱਚ ਲਾਸ਼ ਸੁੱਟਦਿਆਂ ਦੀ ਤਸਵੀਰਾਂ ਵੀ ਕੈਦ ਹੋ ਗਈਆਂ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਕਿਸੇ ਚੀਜ਼ ਨੂੰ ਸੁੱਟਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਜਦੋਂ ਇਹਨਾਂ ਨੂੰ ਸੁੱਟਿਆ ਜਾਂਦਾ ਇਸ ਨੌਜਵਾਨ ਦੀ ਲਾਸ਼ ਨੂੰ ਤਾਂ ਉੱਪਰੋਂ ਤੀ ਝਾੜੀਆਂ ਦੇ ਨਾਲ ਉਸਨੂੰ ਢੱਕ ਵੀ ਦਿੱਤਾ ਜਾਂਦਾ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋ ਸਕੇ। ਫਿਲਹਾਲ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਦੋ ਦੋਸਤਾਂ ਨੇ ਹੀ ਯਾਰੀ ਨੂੰ ਕਲੰਕਿਤ ਕੀਤਾ। ਦੋ ਦੋਸਤਾਂ ਦੇ ਵੱਲੋਂ ਆਪਣੇ ਹੀ ਜਿਗਰੀ ਯਾਰ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੈਨੇਡਾ ਤੋਂ ਇਹ ਨੌਜਵਾਨ ਵਾਪਿਸ ਆਇਆ ਸੀ ਕਈ ਸਾਲਾਂ ਬਾਅਦ। ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਬੜੇ ਹੀ ਚਾਵਾਂ ਦੇ ਨਾਲ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਇਹ ਨੌਜਵਾਨ ਲੱਗਿਆ ਹੋਇਆ ਸੀ। ਪਰ ਬੀਤੇ ਦਿਨਾਂ ਕਿਹਾ ਜਾ ਰਿਹਾ ਕਿ ਉਸਨੂੰ ਇੱਕ ਦੋਸਤ ਦਾ ਫੋਨ ਆਉਂਦਾ, ਕਿਹਾ ਜਾਂਦਾ ਕਿ ਉਸਦਾ ਜਨਮ ਦਿਨ ਹੈ। ਜਦੋਂ ਇਹ ਜਨਮ ਦਿਨ ਦੇ ਉੱਤੇ ਜਾਂਦਾ ਹੈ ਤਾਂ ਉਸ ਤੋਂ ਤੁਰੰਤ ਬਾਅਦ ਇਸ ਨੌਜਵਾਨ ਦਾ ਫੋਨ ਬੰਦ ਆਉਣ ਲੱਗਦਾ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਜਦੋਂ ਉਹ ਨਹੀਂ ਮਿਲਦਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ। ਤਾਂ ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਵਜੋਂ ਇਸ ਨੌਜਵਾਨ ਦੀ ਪਹਿਚਾਣ ਹੋਈ ਹੈ, ਜਿਸਦਾ ਕਿ ਕਤਲ ਉਸਦੇ ਹੀ ਦੋ ਜਿਗਰੀ ਦੋਸਤਾਂ ਦੇ ਵੱਲੋਂ ਕਰ ਦਿੱਤਾ ਗਿਆ। ਤਾਂ ਯਾਰ ਵੀ ਹੁਣ ਯਾਰ ਕਹਾਉਣ ਦੇ ਲਾਇਕ ਨਹੀਂ ਰਹੇ ਨੇ। ਯਾਰੀ ਦੇ ਨਾਂ ਦੇ ਉੱਤੇ ਵੱਡਾ ਕਲੰਕ ਜੋ ਹੈ ਇਹਨਾਂ ਦੋਸਤਾਂ ਦੇ ਵੱਲੋਂ ਲਗਾਇਆ ਗਿਆ। ਕੈਨੇਡਾ ਤੋਂ ਇਹ ਮੁੰਡਾ ਆਇਆ ਸੀ ਅਤੇ ਇਸਦੀ ਭੈਣ ਦਾ ਘਰ ਦੇ ਵਿੱਚ ਵਿਆਹ ਸੀ। ਬੜੇ ਹੀ ਚਾਵਾਂ ਦੇ ਨਾਲ ਇਹ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਸੀ, ਪਰ ਬੀਤੇ ਦਿਨਾਂ ਜਦੋਂ ਆਪਣੇ ਦੋਸਤ ਦੇ ਜਨਮ ਦਿਨ 'ਤੇ ਜਾਂਦਾ ਤਾਂ ਉਸ ਤੋਂ ਤੁਰੰਤ ਬਾਅਦ ਇਸਦਾ ਫੋਨ ਜੋ ਹੈ ਉਹ ਸਵਿੱਚ ਆਫ ਹੋ ਜਾਂਦਾ।
ਤੇ ਜਦੋਂ ਪੁਲਿਸ ਨੂੰ ਪਰਿਵਾਰ ਦੇ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਝਾੜੀਆਂ ਦੇ ਵਿੱਚੋਂ ਉਸਦੀ ਲਾਸ਼ ਮਿਲਦੀ ਹੈ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਇੱਕ ਲਾਸ਼ ਨੂੰ ਝਾੜੀਆਂ ਦੇ ਵਿੱਚ ਸੁੱਟਦੇ ਨਜ਼ਰ ਆ ਰਹੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਲਾਸ਼ ਨੂੰ ਚੱਕਿਆ ਜਾਂਦਾ ਤਾਂ ਲਾਸ਼ ਵੀ ਖੁਰਦ ਬੁਰਦ ਕੀਤੀ ਹੋਈ ਸੀ। ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ, ਜਿੱਥੇ ਕਿ ਯਾਰਾਂ ਨੇ ਹੀ ਯਾਰਾਂ ਦੇ ਨਾਂ ਨੂੰ ਕਲੰਕ ਲਗਾਇਆ ਕਿ ਇੱਕ ਮੁੰਡਾ ਜੋ ਕਿ ਕੈਨੇਡਾ ਤੋਂ ਆਪਣਾ ਚੰਗਾ ਭਵਿੱਖ ਬਣਾ ਕੇ ਪੰਜਾਬ ਦੇ ਵਿੱਚ ਆਇਆ ਸੀ, ਘਰ ਦੇ ਵਿੱਚ ਉਸਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ, ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਤੇ ਹੁਣ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਹੀ ਤਬਦੀਲ ਹੋਈਆਂ ਨੇ। ਤਾਂ ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਵਜੋਂ ਇਸ ਨੌਜਵਾਨ ਦੀ ਪਹਿਚਾਣ ਹੋਈ ਹੈ, ਜਿਸਦਾ ਕਿ ਕਤਲ ਉਸਦੇ ਹੀ ਦੋ ਦੋਸਤਾਂ ਦੇ ਵੱਲੋਂ ਕਰ ਦਿੱਤਾ ਗਿਆ। ਹਾਲਾਂਕਿ ਕਤਲ ਹੀ ਨਹੀਂ, ਉਸਦੀ ਲਾਸ਼ ਨੂੰ ਖੁਰਦ ਬੁਰਦ ਕੀਤਾ ਗਿਆ ਅਤੇ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਝਾੜੀਆਂ ਦੇ ਵਿੱਚੋਂ ਉਸਦੀ ਲਾਸ਼ ਮਿਲੀ ਅਤੇ ਨਾਲ ਹੀ ਲੱਗੇ CCTV ਕੈਮਰੇ ਦੇ ਵਿੱਚ ਲਾਸ਼ ਸੁੱਟਦਿਆਂ ਦੀ ਤਸਵੀਰਾਂ ਵੀ ਕੈਦ ਹੋ ਗਈਆਂ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਕਿਸੇ ਚੀਜ਼ ਨੂੰ ਸੁੱਟਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਜਦੋਂ ਇਹਨਾਂ ਨੂੰ ਸੁੱਟਿਆ ਜਾਂਦਾ ਇਸ ਨੌਜਵਾਨ ਦੀ ਲਾਸ਼ ਨੂੰ ਤਾਂ ਉੱਪਰੋਂ ਤੀ ਝਾੜੀਆਂ ਦੇ ਨਾਲ ਉਸਨੂੰ ਢੱਕ ਵੀ ਦਿੱਤਾ ਜਾਂਦਾ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋ ਸਕੇ। ਫਿਲਹਾਲ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਦੋ ਦੋਸਤਾਂ ਨੇ ਹੀ ਯਾਰੀ ਨੂੰ ਕਲੰਕਿਤ ਕੀਤਾ।